ਸਾਸ਼ੀਕਾਲ ਮੈਂ ਹਾਂ ਪ੍ਰਿਆ ਸ਼ੁਕਲਾ ਖੇਤੀਬਾੜੀ ਦੇ ਇਸ ਖਾਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ 'ਤੇ। ਭਗਵੰਤ ਮਾਨ ਨੇ ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਚੇਨਈ 'ਚ ਅਫਸਰਾਂ ਨਾਲ ਕੀਤੀ ਮੁਲਾਕਾਤ। ਇਨਵੈਸਟ ਪੰਜਾਬ ਸੰਮੇਲਨ ਲਈ ਵੀ ਦਿੱਤਾ ਸੱਦਾ। ਪੰਜਾਬ 'ਚ ਲੱਗੇ 18 ਟੋਲ ਪਲਾਜ਼ਿਆਂ 'ਤੇ ਕਿਸਾਨਾਂ ਵੱਲੋਂ ਧਰਨਾ ਜਾਰੀ। ਟੋਲ ਕੰਪਨੀਆਂ ਦੀ ਵਸੂਲੀ ਦਾ ਅਮਲ ਅੱਜ ਵੀ ਰਿਹਾ ਬੰਦ। ਪੰਜਾਬ 'ਚ ਜਨਰਲ ਵਰਗਾਂ ਦੀ ਭਲਾਈ ਲਈ ਜੁਆਇੰਟ ਐਕਸ਼ਨ ਕਮੇਟੀ ਜਨਰਲ ਕੈਟਾਗਰੀਜ਼ ਪੰਜਾਬ ਦਾ ਗਠਨ। ਕਾਲਜ ਆਫ ਐਗਰੀਕਲਚਰ ਨੇ 7 ਕਾਲਜਾਂ ਨੂੰ ਹਰਾ ਕੇ ਜਿੱਤੀ PAU ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ ਦੀ ਟਰਾਫੀ। ਦੇਸ਼ 'ਚ ਇਸ ਸਾਲ 8 ਖੇਤੀਬਾੜੀ ਸੈਕਟਰ ਨੂੰ ਮਿਲਿਆ GI ਟੈਗ। ਕੇਰਲ ਨੂੰ ਪ੍ਰਾਪਤ ਹੋਏ ਸਭ ਤੋਂ ਵੱਧ ਟੈਗ। ਔਰਤਾਂ ਦੀ ਆਰਥਿਕ ਸਥਿਤੀ ਨੂੰ ਸੁਧਾਰੇਗਾ ਗੂਗਲ। ਮਹਿਲਾ ਸਟਾਰਟਅਪ 'ਤੇ 75,000 ਕਰੋੜ ਰੁਪਏ ਨਿਵੇਸ਼ ਕਰਨ ਦੀ ਤਿਆਰੀ। ਸੰਸਦ ਭਵਨ 'ਚ ਅੱਜ ਮਨਾਇਆ ਗਿਆ ਬਾਜਰੇ ਦਾ ਤਿਉਹਾਰ। ਕੈਲਾਸ਼ ਚੌਧਰੀ ਨੇ ਲਿਆ ਤਿਆਰੀਆਂ ਦਾ ਜਾਇਜ਼ਾ। ਕਿਸਾਨ ਗਰਜਨਾ ਰੈਲੀ 'ਚ ਮੌਜੂਦ ਹਜ਼ਾਰਾਂ ਕਿਸਾਨਾਂ ਨੇ ਖੇਤੀ ਨਾਲ ਸੰਬੰਧਿਤ ਵਸਤਾਂ 'ਤੇ GST ਵਾਪਸ ਲੈਣ ਦੀ ਕੀਤੀ ਮੰਗ। ਕੇਂਦਰ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਵੱਲੋਂ ਉਹਨਾਂ ਦੇ ਘਰ ਪੁੱਜੇ ਕਿਸਾਨਾਂ ਦਾ ਕੀਤਾ ਗਿਆ ਨਿੱਘਾ ਸਵਾਗਤ। ਉੱਤਰ ਭਾਰਤ 'ਚ ਠੰਡ ਦਾ ਡਬਲ ਅਟੈਕ। ਧੁੰਦ ਦੀ ਲਪੇਟ 'ਚ ਆਏ ਪੰਜਾਬ ਤੇ ਹਰਿਆਣਾ। ਔਰੇਂਜ ਅਲਰਟ ਜਾਰੀ। ਆਓ ਹੁਣ ਜਾਣਦੇ ਹਾਂ ਖਬਰਾਂ ਨੂੰ ਵਿਸਥਾਰ 'ਚ। ਭਗਵੰਤ ਮਾਨ ਨੇ ਆਪਣੇ ਚੇਨਈ ਫੇਰੇ ਦੌਰਾਨ ਮੁਰੂਗੱਪਾ ਗਰੁੱਪ ਦੇ ਅਫਸਰਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਪੰਜਾਬ 'ਚ ਨਿਵੇਸ਼ ਲਈ ਸੱਦਾ ਦਿੱਤਾ। ਗੱਲਬਾਤ ਦੌਰਾਨ ਮੁਰੂਗੱਪਾ ਗਰੁੱਪ ਦੇ ਅਫਸਰਾਂ ਨੇ ਕਿਹਾ ਕਿ ਪੰਜਾਬੀ ਬੜੇ ਮਿਹਨਤੀ ਹੁੰਦੇ ਨੇ ਤੇ ਉਹਨਾਂ ਨੂੰ ਪੰਜਾਬ 'ਚ ਨਿਵੇਸ਼ ਕਰਕੇ ਬਹੁਤ ਖੁਸ਼ੀ ਮਹਿਸੂਸ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਚੇਨਈ ਵਿਖੇ ਅਸ਼ੋਕ ਲੀਲੈਂਡ ਗਰੁੱਪ ਦੇ ਅਫਸਰਾਂ ਨਾਲ ਵੀ ਮੁਲਾਕਾਤ ਕੀਤੀ ਤੇ ਨਿਵੇਸ਼ ਲਈ ਵਿਸਥਾਰ 'ਚ ਚਰਚਾ ਕੀਤੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਟਰੈਕਟਰ ਬਣਾਉਣ ਦੇ ਮਾਮਲੇ 'ਚ ਪੰਜਾਬ ਮੋਹਰੀ ਹੈ ਤੇ ਇਸ ਕਰਕੇ ਅਸ਼ੋਕ ਲੀਲੈਂਡ ਗਰੁੱਪ ਨੂੰ ਵੀ ਪੰਜਾਬ 'ਚ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਮੰਤਰੀ ਮਾਨ ਨੇ ਉਹਨਾਂ ਨੂੰ ਪੰਜਾਬ 'ਚ ਅਗਲੇ ਸਾਲ ਹੋਣ ਵਾਲੇ ਇਨਵੈਸਟ ਪੰਜਾਬ ਲਈ ਵੀ ਸੱਦਾ ਦਿੱਤਾ। ਪੰਜਾਬ 'ਚ ਲੱਗੇ 18 ਟੋਲ ਪਲਾਜ਼ਿਆਂ 'ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਕਾਰਨ ਟੋਲ ਕੰਪਨੀਆਂ ਦੀ ਵਸੂਲੀ ਦਾ ਅਮਲ ਅੱਜ ਵੀ ਬੰਦ ਰਿਹਾ। ਦੱਸ ਦਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ 15 ਦਸੰਬਰ ਤੋਂ ਟੋਲ ਪਲਾਜ਼ਿਆਂ 'ਤੇ ਨਾਕੇ ਲਾਏ ਹੋਏ ਹਨ। ਧਰਨਿਆਂ ਨੂੰ ਸੰਬੋਧਨ ਕਰਦਿਆਂ ਅੱਜ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ 'ਚ ਲੱਗੇ ਟੋਲ ਪਲਾਜ਼ੇ ਗੈਰ ਕਾਨੂੰਨੀ ਹਨ ਕਿਉਂਕਿ ਜਦੋਂ ਕੋਈ ਵਿਅਕਤੀ ਵਾਹਨ ਖਰੀਦਦਾ ਹੈ ਤਾਂ ਉਹ ਪਹਿਲਾਂ ਹੀ ਰੋਡ ਟੈਕਸ ਭਰ ਦਿੰਦਾ ਹੈ। ਇਸ ਲਈ ਟੋਲ ਪਲਾਜ਼ਿਆਂ ਵੱਲੋਂ ਵਾਹਨ ਚਾਲਕਾਂ ਤੋਂ ਸੜਕਾਂ ਦੀ ਮੁਰੰਮਤ ਲਈ ਵਸੂਲਿਆ ਜਾਣ ਵਾਲਾ ਟੋਲ ਉਹਨਾਂ ਦੀ ਦੋਹਰੀ ਲੁੱਟ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਭਰ 'ਚ ਰਾਜ ਤੇ ਕੌਮੀ ਮਾਰਗਾਂ 'ਤੇ ਲੱਗੇ ਸਾਰੇ ਟੋਲ ਪਲਾਜ਼ੇ ਪੁੱਟੇ ਜਾਣ। ਪੰਜਾਬ 'ਚ ਜਨਰਲ ਵਰਗਾਂ ਦੀ ਭਲਾਈ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਤਹਿਤ ਜਨਰਲ ਵਰਗ ਦੀਆਂ ਮੁਸ਼ਕਿਲਾਂ ਤੇ ਮੰਗਾਂ ਉਠਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਜਨਰਲ ਕੈਟਾਗਰੀਜ਼ ਪੰਜਾਬ ਦਾ ਗਠਨ ਕੀਤਾ ਗਿਆ। ਇਸ ਦੌਰਾਨ ਜਸਵੰਤ ਸਿੰਘ ਧਾਲੀਵਾਲ ਨੂੰ ਸੂਬਾਈ ਪ੍ਰਧਾਨ ਵਜੋਂ, ਸ਼ਿਆਮ ਲਾਲ ਸ਼ਰਮਾ ਨੂੰ ਚੀਫ ਆਰਗੇਨਾਈਜ਼ਰ ਤੇ ਸਰਬਜੀਤ ਕੌਸ਼ਲ ਮਾਨਸਾ ਨੂੰ ਜਨਰਲ ਸਕੱਤਰ ਵਜੋਂ ਚੁਣਿਆ ਗਿਆ। ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਤੋਂ ਸੁਖਵੀਰਪਾਲ ਸਿੰਘ ਨੂੰ ਵਿੱਤ ਸਕੱਤਰ ਕਮ ਕੈਸ਼ੀਅਰ ਬਣਾਇਆ ਗਿਆ ਤੇ ਕੁਲਜੀਤ ਸਿੰਘ ਰਟੌਲ, ਜਗਦੀਸ਼ ਸਿੰਘ, ਇਕਬਾਲ ਸਿੰਘ ਸਿੱਧੂ ਬਠਿੰਡਾ ਤੇ ਬਲਵੀਰ ਸਿੰਘ ਫੁਗਲਾਣਾ ਮੈਂਬਰ ਬਣੇ। ਕਾਲਜ ਆਫ ਐਗਰੀਕਲਚਰ ਲੁਧਿਆਣਾ ਨੇ ਵਿਦਿਆਰਥੀ ਭਲਾਈ ਡਾਇਰੈਕਟਰੇਟ ਵੱਲੋਂ ਕਰਵਾਏ ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ ਜਿੱਤ ਕੇ PAU ਕ੍ਰਿਕਟ ਪੁਰਸ਼ ਦੀ ਟਰਾਫੀ ਜਿੱਤੀ। ਇਸ ਟੂਰਨਾਮੈਂਟ 'ਚ ਕੁੱਲ 7 ਕਾਲਜਾਂ ਨੇ ਭਾਗ ਲਿਆ ਸੀ। ਇਹ ਟੂਰਨਾਮੈਂਟ ਨੌਕਆਊਟ ਤੇ ਲੀਗ ਦੇ ਆਧਾਰ ਤੇ ਖੇਡਿਆ ਗਿਆ। ਵਾਈਸ ਚਾਂਸਲਰ ਡਾਕਟਰ SS ਗੋਸਲ, ਡੀਨ ਕਾਲਜ ਆਫ ਐਗਰੀਕਲਚਰ ਡਾਕਟਰ MIS ਗਿੱਲ, ਡਾਇਰੈਕਟਰ ਵਿਦਿਆਰਥੀ ਭਲਾਈ ਡਾਕਟਰ ਗੁਰਮੀਤ ਸਿੰਘ ਬੁੱਟਰ, ਵਧੀਕ ਡਾਇਰੈਕਟਰ ਸੰਚਾਰ ਡਾਕਟਰ TS ਰਿਆੜ, ਖੇਡ ਕਮੇਟੀ ਦੇ ਪ੍ਰਧਾਨ ਡਾਕਟਰ JS ਕੰਗ ਤੇ ਖੇਡ ਪ੍ਰਧਾਨ COA ਦਾ PS ਸ਼ੇਰਾ ਨੇ PAU ਕ੍ਰਿਕਟ ਟਰਾਫੀ ਜਿੱਤਣ ਲਈ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ। ਹਾਲ ਹੀ 'ਚ ਭਾਰਤ ਸਰਕਾਰ ਨੇ ਦੇਸ਼ ਦੇ ਲਗਭਗ 4 ਸੂਬਿਆਂ ਦੇ 9 ਉਤਪਾਦਾਂ ਨੂੰ GI ਟੈਗ ਦਿੱਤਾ ਹੈ, ਜਿਨ੍ਹਾਂ ਵਿੱਚੋਂ 8 ਉਤਪਾਦ ਖੇਤੀਬਾੜੀ ਖੇਤਰ ਦੇ ਹਨ। ਇਸ ਸਾਲ ਸਭ ਤੋਂ ਵੱਧ GI ਟੈਗ ਕੇਰਲ ਨੂੰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਲੱਦਾਖ, ਅਸਾਮ, ਮਹਾਰਾਸ਼ਟਰ ਤੇ ਤੇਲੰਗਾਨਾ ਨੇ ਵੀ ਇਸ ਟੈਗ ਲਈ ਆਪਣੇ ਉਤਪਾਦਾਂ ਨੂੰ ਰਜਿਸਟਰ ਕੀਤਾ ਹੈ। ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਵੀ ਬਾਸਮਤੀ ਚੌਲਾਂ ਲਈ GI ਟੈਗ ਮਿਲ ਗਿਆ ਹੈ। ਭਾਰਤ 'ਚ ਹੁਣ ਤੱਕ GI ਟੈਗ ਦੀ ਗਿਣਤੀ 432 ਤੱਕ ਪਹੁੰਚ ਗਈ ਹੈ, ਜਿਸ ਵਿੱਚੋਂ 401 ਭਾਰਤ ਦੇ ਦੇਸੀ ਉਤਪਾਦਾਂ ਨੂੰ ਤੇ ਬਾਕੀ ਵਿਦੇਸ਼ੀ ਉਤਪਾਦਾਂ ਨੂੰ ਦਿੱਤੇ ਗਏ ਹਨ। ਗੂਗਲ ਵੱਲੋਂ ਇੰਡੀਆ ਡਿਜੀਟਲਾਈਜੇਸ਼ਨ ਫੰਡ ਰਾਹੀਂ ਔਰਤਾਂ ਲਈ ਸਟਾਰਟਅਪ 'ਤੇ 75,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਕੰਪਨੀ ਔਰਤਾਂ ਦੇ ਸਟਾਰਟਅਪ ਨੂੰ ਸ਼ੁਰੂ ਕਰਨ ਲਈ $10 ਬਿਲੀਅਨ ਯਾਨੀ 75,000 ਕਰੋੜ ਰੁਪਏ ਨਿਵੇਸ਼ ਕਰੇਗੀ। ਹਾਲ ਹੀ 'ਚ ਗੂਗਲ ਇੰਡੀਆ ਦੇ ਕੰਟਰੀ ਮੈਨੇਜਰ ਤੇ ਉਪ ਪ੍ਰਧਾਨ ਸੰਜੇ ਗੁਪਤਾ ਨੇ ਇੱਕ ਪ੍ਰੋਗਰਾਮ 'ਚ ਗੂਗਲ ਫਾਰ ਇੰਡੀਆ 'ਚ ਕਿਹਾ ਕਿ ਔਰਤਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਔਰਤਾਂ ਦੀ ਅਗਵਾਈ ਵਾਲੇ ਸਟਾਰਟਅਪ ਬਣਾਏ ਜਾਣਗੇ ਤਾਂ ਜੋ ਉਹ ਆਸਾਨੀ ਨਾਲ ਆਪਣਾ ਭਵਿੱਖ ਰੋਸ਼ਨ ਕਰ ਸਕਣ। ਔਰਤਾਂ ਦੀ ਅਗਵਾਈ ਵਾਲੇ ਸਟਾਰਟਅਪ ਤੋਂ ਇਲਾਵਾ ਕੰਪਨੀ ਨੇ ਸਪੀਚ ਟੈਕਨੋਲੋਜੀ, ਵੌਇਸ, ਵੀਡੀਓ ਕੋਚ ਤੇ ਹੋਰ ਕਈ ਪ੍ਰੋਜੈਕਟਾਂ ਦਾ ਵੀ ਐਲਾਨ ਕੀਤਾ। ਖੇਤੀਬਾੜੀ ਮੰਤਰਾਲੇ ਵੱਲੋਂ ਅੱਜ ਸੰਸਦ ਭਵਨ 'ਚ ਬਾਜਰੇ ਦਾ ਤਿਉਹਾਰ ਮਨਾਇਆ ਗਿਆ। ਇਸ ਦੇ ਲਈ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਬਾੜਮੇਰ ਸੰਸਦੀ ਹਲਕੇ ਤੋਂ ਇੱਕ ਵਿਸ਼ੇਸ਼ ਟੀਮ ਵੱਲੋਂ ਦੇਰ ਸ਼ਾਮ ਤੇ ਸਵੇਰੇ ਤੜਕੇ ਬਾਜਰੇ ਦੇ ਤਿਉਹਾਰ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਨਿਰੀਖਣ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਖੇਤੀਬਾੜੀ ਰਾਜ ਮੰਤਰੀ ਸ਼ੋਭਾ ਕਰਨ ਰਾਜੇ ਵੀ ਮੌਜੂਦ ਸਨ।
दरअसल मार्च 2021 संयुक्त राष्ट्र महासभा ने भारत द्वारा दिते प्रस्ताव नू सर्वसम्मति नाल स्वीकार कर लिया है, जिस दे तहत साल 2023 नू अंतरराष्ट्रीय मिलेट साल वजो घोषित किया गया है। 70 तो वध देशों ने इस मते का समर्थन किया। अजिहे च प्रधानमंत्री नरेंद्र मोदी की अगुवाई च देश ते दुनिया च बाजरे नू आम लोगों तक पहुंच योग बनाना संभव है। दिल्ली शुरू हुई किसान गजना रैली च RAS नाल संबंधित भारतीय किसान संघ के बैनर हेठ हजारा किसानों ने खेती नाल संबंधित वस्तां ते GST टैग वापस लैण दी मांग की। इस मौके किसानों वालों केंद्र सरकार नूं धमकी दी गई कि जेकर उन्हां दीआं मंगां ना मनियां गईआं तां उह अपना संघर्ष होर तेज करनगे। प्राप्त जानकारी अनुसार पंजाब, महाराष्ट्र, तेलंगाना, आंध्र प्रदेश, राजस्थान, मध्य प्रदेश ते पछमी बंगाल समेत कई सूबियां तो पुजे हजारा किसानों ने किसान गर्जना रैली च शमूलियत की। इस मौके किसानों ने खेती संबंधी सामान ते लगाईयां GST वापस लैन, प्रधानमंत्री किसान योजना तहत दिती जाण वाली आमदनी सहायता च वाधा करन, GM फसलों के व्यापारिक उत्पादन की आग्ञा नूं रद्द करन ते लागत के आधार से सारियां फसलों की लाहेवंद कीमत देने की मांग की। संसदीय खेतर बाड़मेर जैसलमेर समेत राजस्थान के वख-वख इलाकों तो भारतीय किसान संघ नाल जुड़े हजारा किसान अपनियां वख-वखरियां मंगां लैके सोमवार नूं दिल्ली पुजे। इन्हां किसानां चों कुछ किसान दिल्ली च केंद्रीय खेतीबाड़ी ते किसान भलाई राज मंत्री कैलाश चौधरी दे घर भी पुजे। कैलाश चौधरी ने इन्हां किसानां दा अपने निवास स्थान ते निघा स्वागत कीता ते उन्हां नाल चर्चा भी की। इस दौरान कैलाश चौधरी वालों किसानों लिए भोजन का प्रबंध भी किया गया। रंग बिरंगिया दस्तारा सजाए सैकड़े बजुर्गों ते नौजवान किसानों की जुगलबंदी नाल कैलाश चौधरी की रिहायश राजस्थानी सभ्याचार नाल रंगी गई। पंजाब च धुंद ने अपना कहर दिखाना शुरू कर दिता है। दरअसल पंजाब च सोमवार नूं धुंद कारण 5 हादसों च 3 लड़कियां समेत 6 दी मौत हो गई, जदों कि 15 तो वध लोग जख्मी हो गए। मौसम विभाग का कहना है कि अगले 5 दिनों तक पंजाब च धुंद का कहर जारी रहेगा। अज भी मौसम विभाग वालों 17 जिलों च रैड अलर्ट जारी किया गया है। हरियाणा की गल करिए हरियाणा के ज्यादातर जिलों च ठंड का असर देखने को मिल रहा है, जिसके चलते रोहतक च कई वाहन आपस च टकरा गए। दस दिए कि इस हादसे च एक बाइक सवार ते एक कार सवार की मौत हो गई। ਇਹ ਸਨ ਅੱਜ ਦੀਆਂ ਖੇਤੀਬਾੜੀ ਨਾਲ ਜੁੜੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਜਾਣਨ ਲਈ ਅੱਜ ਹੀ ਫੋਲੋ ਕਰੋ ਕ੍ਰਿਸ਼ੀ ਜਾਗਰਣ ਪੰਜਾਬੀ ਨੂੰ। ਮੈਨੂੰ ਦਿਓ ਜ਼ਿਆਦਾ ਸਤਿ ਸ਼੍ਰੀ ਅਕਾਲ।